ਜਥੇਦਾਰ ਸੁਖਦੇਵ ਸਿੰਘ ਪੌਰ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਅਦਾਲਤ ਵਿੱਚ ਪੇਸ਼, 22 ਤੱਕ ਨਿਆਇਕ ਹਿਰਾਸਤ ਵਿੱਚ ਭੇਜਿਆ। ਪੰਥਕ ਫਰੰਟ ਦੇ ਆਗੂ ਜਥੇਦਾਰ ਸੁਖਦੇਵ ਸਿੰਘ ਪੌਰ ਨੂੰ ਅੱਜ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਡਿਊਟੀ ਮੈਜਿਸਟਰੇਟ ਹਿਰਦੇਜੀਤ ਸਿੰਘ JMIC ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਬਚਾਓ ਪੱਖ ਦੇ ਵਕੀਲਾਂ ਵੱਲੋਂ ਜਥੇਦਾਰ ਪੌਰ ਦੇ ਪੱਖ ਵਿੱਚ ਜ਼ਮਾਨਤ ਵਾਸਤੇ ਦਲੀਲਾਂ ਪੇਸ਼ ਕੀਤੀਆਂ ਹਨ, ਪਰ ਮਾਣਯੋਗ ਅਦਾਲਤ ਵੱਲੋਂ ਜਥੇਦਾਰ ਸੁਖਦੇਵ ਸਿੰਘ ਪੌਰ ਨੂੰ 14 ਦਿਨ ਲਈ ਲੁਧਿਆਣਾ ਜੇਲ੍ਹ ਭੇਜਣ ਦੇ ਹੁਕਮ ਜਾਰੀ ਕੀਤੇ ਹਨ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਬੰਗਾ ਵਿੱਚ ਦਲਿਤ ਭਾਈਚਾਰੇ ਨਾਲ ਸਬੰਧਤ ਲੋਕਾਂ ਵੱਲੋਂ ਬਰਗਾੜੀ ਮਾਮਲੇ ਵਿੱਚ ਜਥੇਦਾਰ ਸੁਖਦੇਵ ਸਿੰਘ ਪੌਰ ਵੱਲੋਂ ਡੇਰਾ ਸੱਚਖੰਡ ਬੱਲਾ ਦੇ ਸੰਤ ਰਾਮਾਨੰਦ ਹੋਰਾਂ ਵਿਰੁੱਧ ਵਰਤੀ ਸ਼ਬਦਾਵਲੀ ਦੇ ਵਿਰੋਧ ਵਿੱਚ ਰੋਸ ਜ਼ਾਹਰ ਕੀਤਾ ਗਿਆ ਸੀ। ਅੱਜ ਜਥੇਦਾਰ ਪੌਰ ਦੀ ਪੇਸ਼ੀ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਪੁਲਿਸ ਵੱਲੋਂ ਜ਼ਿਲ੍ਹਾ ਅਦਾਲਤ ਨੂੰ ਜਾਂਦੇ ਸਮੂਹ ਮਾਰਗਾਂ ਦੇ ਚੱਪੇ ਚੱਪੇ 'ਤੇ ਪੁਲਿਸ ਤੈਨਾਤ ਕੀਤੀ। ਸਰ ਕਿੰਨੀ ਤਰੀਕ ਮਿਲੀ ਹੈ? ਸਿਰਫ 22/9 ਤੱਕ ਇਹਨਾਂ ਨੂੰ ਜੁਡੀਸ਼ੀਅਲ ਕਸਟਡੀ ਭੇਜਿਆ ਗਿਆ। ਠੀਕ ਹੈ। ਮੈਂ SP ਦੀ ਨਵਾਂਸ਼ਹਿਰ SPS ਕਹਿੰਦਾ, ਇਹਨਾਂ ਦੇ ਜੋ ਮੁਕੱਦਮਾ ਦਰਜ ਹੋਇਆ FIR ਨੰਬਰ 69 ਅੰਡਰ ਸੈਕਸ਼ਨ 295 ਦੇ 96 ID ਹੈ। ਫਿਰ ਵੀ ਸੁਨੇਹਾ ਦਿੱਤਾ ਵੀ ਜਿੱਦਾਂ ਤੁਹਾਡੀ ਨੇ, ਪਰ ਮੈਂ ਆਪਣੇ ਇਲਾਕੇ ਦਾ ਮਾਹੌਲ ਖਰਾਬ ਕਰਨਾ।